ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟੀਸ ਐਂਡ ਟਰੈਵਲ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਸੀਂ ਐਨਓਸੀ ਆਪਣੇ ਘਰ ਬੈਠੇ ਆਨਲਾਈਨ ਕਿਵੇਂ ਅਪਲਾਈ ਕਰ ਸਕਦੇ ਹੋ ਸੋ ਜਿਵੇਂ ਕਿ ਆਪਾਂ ਪਹਿਲਾਂ ਤੁਹਾਨੂੰ ਦੱਸ ਰਹੇ ਹਾਂ ਆਪਾਂ ਪਹਿਲਾਂ ਵੀ ਵੀਡੀਓ ਅਪਡੇਟ ਕੀਤੀਆਂ ਨੇ ਜਿਹੜੀ ਪੰਜਾਬ ਸਰਕਾਰ ਉਹ ਐਨਓਸੀ ਨੂੰ ਲੈ ਕੇ ਲੋਕਾਂ ਦੇ ਜਿਹੜੇ ਪਲਾਟ ਨੇ ਰਜਿਸਟਰੀਆਂ ਰੁਕੀਆਂ ਹੋਈਆਂ ਨੇ ਤਾਂ ਉਸ ਦੇ ਵਿੱਚ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਆ ਰਹੀਆਂ ਸੀ ਤੇ ਸਰਕਾਰ ਨੇ ਕਾਫੀ ਐਫਰਟ ਅੱਛੇ ਕੀਤੇ ਆ ਪਿਛੇ ਜ 5773 ਪਿੰਡਾਂ ਨੂੰ ਐਨਓਸੀ ਤੋਂ ਫ੍ਰੀ ਕਰਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਵਿਦਨ ਇਸ ਮੰਥ ਅਪ੍ਰੈਲ ਦੇ ਵਿੱਚ ਇੱਕ ਨਵੀਂ ਪਾਲਿਸੀ ਆ ਰਹੀ ਹੈ ਜਿਸ ਦੇ ਵਿੱਚ ਉਹ ਕਾਫੀ ਲੋਕਾਂ ਨੂੰ ਰਾਹਤ ਦੇਣ ਜਾ ਰਿਹਾ ਜਿਹੜੇ ਐਂਡ ਯੂਜ਼ਰ ਆ ਜਿਨ੍ਹਾਂ ਦੇ ਪਲਾਟ ਆ ਘਰ ਆ ਤੋਂ ਆਪਣੀ ਐਨਓਸੀ ਕਰਵਾ ਸਕਣ। ਸੋ ਉਸ ਦੇ ਸਬੰਧ ਦੇ ਵਿੱਚ ਕਾਫੀ ਆਪ ਨੂੰ ਫੋਨ ਆਉਂਦੇ ਸੀ ਕਿ ਲੋਕਾਂ ਦੇ ਆਪਣੇ ਜਿਹੜੇ ਸਬਸਕ੍ਰਾਈਬਰ ਨੇ ਜਾਂ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਆਪਣੇ ਨਾਲ ਜੁੜੇ ਹੋਏ ਨੇ ਜੀ ਅਸੀਂ ਆਪਣੀ ਆਨਲਾਈਨ ਐਨਓਸੀ ਅਪਲਾਈ ਕਿਵੇਂ ਕਰ ਸਕਦੇ ਹਾਂ ਤਾਂ ਉਸ ਦੇ ਸਬੰਧ ਦੇ ਵਿੱਚ ਆਪਾਂ ਤੁਹਾਨੂੰ ਅੱਜ ਫੁੱਲ ਡਿਟੇਲ ਦਾਂਗੇ ਟਰਾਈ ਕਰਾਂਗੇ ਰੇਕ ਜਿਹੜਾ ਪੁਆਇੰਟ ਉਹਨੂੰ ਕਲੀਅਰ ਕਰ ਸਕੀਏ ਫਿਰ ਵੀ ਜੇ ਕਿਤੇ ਕੋਈ ਮਿਸਟੇਕ ਰਹਿ ਜਾਂਦੀ ਹੈ ਤੁਸੀਂ ਸਾਨੂੰ ਦੱਸ ਸਕਦੇ ਹੋ ਆਪਾਂ ਟਰਾਈ ਕਰਾਂਗੇ ਤੇ ਅੱਗੇ ਚੱਲ ਕੇ ਆਪਾਂ ਤੁਹਾਨੂੰ ਅਪ ਟੂ ਡੇਟ ਸਾਰੀ ਇਨਫੋਰਮੇਸ਼ਨ ਦਾਂਗੇ ਸਟੈਪ ਬਾਈ ਸਟੈਪ ਤੁਸੀਂ ਕਿੱਥੇ ਜਾ ਕੇ ਆਪਣੀ ਐਨਓਸੀ ਅਪਲਾਈ ਕਰ ਸਕਦੇ ਹੋ ਕਿਹੜੀ ਸੈਕਟ ਤੇ ਕਲਿੱਕ ਕਰਨਾ ਹੈ ਤੇ ਉਸ ਦੇ ਵਿੱਚ ਕਿਵੇਂ-ਕਿਵੇਂ ਤੁਸੀਂ ਆਪਣੇ ਡਾਕੂਮੈਂਟ ਫਿਲ ਕਰਨੇ ਆ ਉਸ ਤੋਂ ਬਾਅਦ ਕਿਵੇਂ ਪੇ ਕਰਨਾ ਹੈ ਉਹ ਸਾਰਾ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਦੱਸਾਂਗੇ। ਤੋਂ ਸਭ ਨੂੰ ਰਿਕਵੈਸਟ ਆ ਆਪਣੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪੰਜਾਬ ਦੇ ਵਿੱਚ ਕੋਈ ਵੀ ਆਪਣੀ ਜਿਹੜੀ ਐਨਓਸੀ ਅਪਲਾਈ ਕਰਨਾ ਚਾਹੁੰਦਾ ਆਨਲਾਈਨ ਉਹ ਕਰ ਸਕੇ ਉਸਦੀ ਹੈਲਪ ਹੋ ਸਕੇ ਤੇ ਆਪਣੇ ਚੈਨਲ ਨੂੰ ਪਲੀਜ਼ ਰਿਕਵੈਸਟ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਆਪਣੇ ਚੈਨਲ ਨੂੰ ਹੁਣ ਤੱਕ ਸਬਸਕ੍ਰਾਈਬ ਕਰ ਲਿਆ ਹੈ ਤਾਂ ਉਸ ਦੇ ਨਾਲ ਜੁਆਇਨ ਦੀ অপਸ਼ਨ ਆ ਉੱਥੇ ਜਾ ਕੇ ਤੁਸੀਂ ਆਪ ਨੂੰ ਜੁਆਇਨ ਕਰਕੇ ਸਪੋਰਟ ਵੀ ਕਰ ਸਕਦੇ ਹੋ ਤੇ ਬੈਲ ਆਈਕਨ ਦੇ ਉੱਪਰ ਦਬਾਓ ਤਾਂ ਜੋ ਪ੍ਰੋਪਰਟੀ ਜਸਬੰਦ ਦੇ ਵਿੱਚ ਇਹਨਾਂ ਵੀਡੀਓ ਨੂੰ ਤੁਹਾਨੂੰ ਅਪ ਟੂ ਡੇਟ ਮਿਲਦੀਆਂ ਰਹਿਣ ਹੁਣ ਆਪਾਂ ਅੱਗੇ ਚੱਲ ਕੇ ਤੁਹਾਨੂੰ ਸਟੈਪ ਬਾਈ ਸਟੈਪ ਸਾਰਾ ਐਨਓਸੀ ਦਾ ਫਾਰਮ ਸਾਈਟ ਵਗੈਰੇ ਸਾਰੀ ਇਨਫੋਰਮੇਸ਼ਨ ਦਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੂਗਲ ਦੇ ਉੱਪਰ ਸਰਚ ਕਰਾਂਗੇ ਪੰਜਾਬ ਦੀ ਜਿਹੜਾ ਸਾਈਟ ਤੇ ਸਭ ਤੋਂ ਪਹਿਲਾਂ ਤੁਸੀਂ punjabregulation.in ਤੇ ਕਲਿੱਕ ਕਰੋਗੇ ਜਿਵੇਂ ਤੁਸੀਂ ਦੇਖ ਰਹੇ ਹੋ ਸਾਹਮਣੇ ਤੇ ਜਦੋਂ ਤੁਸੀਂ Google ਦੇ ਵਿੱਚ ਸਰਚ ਕਰੋਗੇ ਤਾਂ ਇਸ ਤਰ੍ਹਾਂ ਦੀ ਪੇਜ ਓਪਨ ਹੋ ਜਾਏਗਾ ਜਿਸ ਦੇ ਪੰਜਾਬ ਨਗਰ ਅਤੇ ਗ੍ਰਾਮ ਯੋਜਨਾਬੰਦੀ ਵਿਭਾਗ ਆਪਣੀ ਪੰਜਾਬ ਦੀ ਜਿਹੜੀ ਸਾਈਟ ਆ ਤੁਹਾਡੇ ਸਾਹਮਣੇ ਖੁੱਲ ਕੇ ਓਪਨ ਹੋ ਜਾਏਗੀ ਇਸ ਤਰ੍ਹਾਂ ਦਾ ਪੇਜ ਸਾਰਾ ਆ ਜਾਵੇਗਾ ਜੇ ਤੁਸੀਂ ਆਪਣੀ ਐਨਓਸੀ ਅਪਲਾਈ ਕਰਨੀ ਹੈ ਸੋ ਅਪਾ ਟਰਾਈ ਕਰਾਂਗੇ ਇਸ ਦੇ ਵਿੱਚ ਤੁਹਾਨੂੰ ਸਟੈਪ ਬਾਈ ਸਟੈਪ ਸਾਰੀ ਇਨਫਰਮੇਸ਼ਨ ਦਿੰਦੇ ਚੱਲੀਏ ਸੋ ਇਹ ਹੋਮ ਦੀ ਸਕਰੀਨ ਤੇ ਜਾਊਗੇ ਫਿਰ ਅਪਾ ਰਜਿਸਟਰਡ ਕਰਨਾ ਹੈ ਤੇ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਆਪਣੇ ਕੋਈ ਪਲਾਟ ਰੈ residențial ਹਾਊਸ ਘਰ ਜਾਂ ਕਮਰਸ਼ੀਅਲ ਪ੍ਰਾਪਰਟੀ ਦੀ ਕਿਸੇ ਦੀ ਵੀ ਐਨਓਸੀ ਲੈਣਾ ਚਾਹੁੰਦੇ ਹੋ ਤਾਂ ਪਾਲਸੀ ਉੱਪਰ ਕਲਿੱਕ ਕਰੋਗੇ ਸੋ ਸਭ ਤੋਂ ਰੈ residențial ਜੇ ਅੰਡਰਸਟ੍ਰਕਲ ਕਮਰਸ਼ੀਅਲ ਕੋਈ ਵੀ ਜਿੰਦੀ ਬੀ ਐਨਓਸੀ ਲੈਣਾ ਚਾਹੁੰਦੇ ਹੋ 플ੌਟ ਦੀ ਤਾਂ ਉੱਥੇ ਜਾ ਕੇ ਤੁਸੀਂ ਆਪਣੀ ਸਾਰੀ ਡਿਟੇਲ ਫਿਲ ਕਰੋ ਤੁਹਾਨੂੰ ਪਤਾ ਲੱਗ ਜੇਗਾ ਤੁਹਾਡੀ ਜਿਹੜੀ ਫੀਸ ਆ ਉਹ ਕਿੰਨੀ ਬਣਦੀ ਹੈ ਸਪੋਜ਼ ਕਰੋ ਆਪਾਂ ਹੁਣ ਤੁਹਾਨੂੰ ਚੈੱਕ ਕਰਕੇ ਦੱਸਾਂਗੇ ਜੇ ਮੰਨ ਲਓ ਤੁਸੀਂ 5 50 ਤੋਂ 100 ਗਜ ਦੇ 플ੌਟ ਦੀ ਐਨਓਸੀ ਲੈਣਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਤੁਸੀਂ ਆਪਣੇ ਜ਼ਿਲ੍ਹੇ ਦਾ ਜੋ ਕਲੈਕਟਰ ਰੇਟ ਹੁੰਦਾ ਆ ਉਹ ਤੁਸੀਂ ਇੱਥੇ ਰਾਈਟ ਡਾਉਨ ਕਰੋਗੇ ਸਪੋਜ਼ ਕਰੋ ਜਿਵੇਂ ਆਪਾਂ 4000 ਰੁਪਿਆ ਆਪਾਂ ਕਲਿੱਕ ਕਰਦੇ ਆਂ ਰਾਈਟ ਡਾਊਨ ਫਿਰ ਜੇ ਆਪਣੇ ਪਲਾਟ ਦਾ ਸਾਈਜ਼ ਲਿਖੋਗੇ ਜੇ ਆਪਾਂ ਇਹ ਸਿਲੈਕਟ ਕੀਤਾ ਆ 100 ਗਜ ਜੋ 100 ਗਜ ਤੁਸੀਂ ਰਾਈਟ ਡਾਊਨ ਕਰੋਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਜਿਹੜੀ ਤੁਹਾਡੀ ਫੀਸ ਬਣ ਕੇ ਆ ਜਾਏਗੀ ਜੋ 4300 ਰੁਪਿਆ ਆ ਇਹ ਫੀਸ ਬਣ ਕੇ ਆ ਜਾਏਗੀ ਤੁਹਾਡੀ 100 ਗਜ ਦੇ ਪਲਾਟ ਦੀ ਤੇ ਜੇ ਤੁਸੀਂ ਇਸ ਨੂੰ ਇਨਸਟਾਲਮੈਂਟ ਚ ਪੇ ਕਰਨਾ ਚਾਹੁੰਦੇ ਹੋ ਇਨਸਟਾਲਮੈਂਟ ਚ ਵੀ ਕਰ ਸਕਦੇ ਹੋ ਤੇ ਜੇ ਸਾਰੇ ਇਕੱਠੀ ਪੀਸ ਪੇ ਕਰਨਾ ਚਾਹੁੰਦੇ ਹਾਂ ਤਾਂ ਇਕੱਠਾ ਵੀ ਪੇ ਕਰ ਸਕਦੇ ਹਾਂ ਸੋ ਇਸ ਤੋਂ ਬਾਅਦ ਫਿਰ ਜਿਹੜਾ ਦੂਸਰਾ ਮੇਨ ਸਟੈਪ ਹੋਏਗਾ ਉਹ ਤੁਸੀਂ ਆਪਣੇ ਆਪ ਨੂੰ ਪਹਿਲਾਂ ਰਜਿਸਟਰਡ ਕਰਨਾ ਹੈ ਆਪਣੇ ਅਕਾਊਂਟ ਬਣਾਉਣਾ ਹੈ ਸੋ ਉਸ ਅਕਾਊਂਟ ਨੂੰ ਬਣਾਉਣ ਦੇ ਲਈ ਕੀ ਪ੍ਰੋਸੈਸ ਹੈ ਉਹ ਆਪਾਂ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਜਿਹੜਾ ਤੁਸੀਂ ਸਕਰੀਨ 'ਚ ਦੇਖ ਰਹੇ ਹੋ ਜਿਹੜਾ ਇਹ ਰੀਆ ਮਿਊਨਿਸਪਲ ਦੇ ਅੰਡਰ ਪੈਂਦਾ ਹੈ ਤੁਹਾਡਾ ਕੋਈ ਪਲਾਟ ਹੈ ਜਾਂ ਘਰ ਹੈ ਤਾਂ ਤੁਸੀਂ ਇੱਥੇ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਦੂਸਰਾ ਜਿਹੜਾ ਬਾਹਰ ਆਉਟਰ ਸਾਈਡ ਪੈਂਦਾ ਆ ਗਮਾੜਾ ਚ ਪੁੱਡਾ ਚ ਗਲਾੜਾ ਚ ਤਾਂ ਤੁਸੀਂ ਉਸ ਦੇ ਉੱਪਰ ਕਲਿੱਕ ਕਰਨਾ ਹੈ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਪੇਜ ਓਪਨ ਹੋ ਜਾਏਗਾ ਰਜਿਸਟਰਡ ਕਰਨ ਦੇ ਲਈ ਆਪਣਾ ਫਰਸਟ ਨੇਮ ਲਾਸਟ ਨੇਮ ਈਮੇਲ ਡਰੈਸ ਫੋਨ ਨੰਬਰ ਉਸ ਤੋਂ ਬਾਅਦ ਤੁਸੀਂ ਜੋ ਸੈਂਡ ਕਰੋਗੇ ਤੁਹਾਨੂੰ ਇੱਕ OTP ਆਏਗਾ ਤੇ OTP ਜਦੋਂ ਕਲਿੱਕ ਕਰੋਗੇ ਤੁਹਾਡਾ ਅਕਾਊਂਟ ਬਣ ਜਾਵੇਗਾ ਸੋ ਆਪਣਾ ਆਲਰੇਡੀ ਕਾਊਂਟ ਬਣਿਆ ਹੋਇਆ ਹੈ ਤੇ ਆਪਾਂ ਉਥੇ ਜਾ ਕੇ ਕਲਿੱਕ ਕਰਾਂਗੇ ਤੇ ਇਸ ਤਰ੍ਹਾਂ ਦਾ ਇੱਕ ਤੁਹਾਡੀ ਜੈ ਸਾਰੀ ਡਿਟੇਲ ਜਿਹੜੀ ਹੋਏਗੀ ਓਪਨ ਹੋ ਜਾਏਗੀ ਤਾਂ ਆਪਾਂ ਫਿਰ ਮੇਨ ਹੋਮ ਸਕਰੀਨ ਤੇ ਆਵਾਂਗੇ ਤੇ ਤੁਹਾਨੂੰ ਆਪਾਂ ਥੋੜਾ ਆਈਡੀਆ ਦੱਸ ਦਿੰਨੇ ਆ ਜੇ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਪਹਿਲਾਂ ਇੱਕ ਵਾਰੀ ਚੈੱਕ ਜ਼ਰੂਰ ਕਰ ਲਓ ਵੀ ਅਪਲਾਈ ਕਰਨਾ ਕਿਵੇਂ ਹੁੰਦਾ ਹੈ ਤਾਂ ਹਾਊ ਟੂ ਅਪਲਾਈ ਤੇ ਜਾ ਕੇ ਤੁਸੀਂ ਜੋ ਕਲਿੱਕ ਕਰੋਗੇ ਜੋ ਸਕਰੀਨ 'ਚ ਦੇਖ ਰਹੇ ਹਾਂ ਤੁਸੀਂ ਇਹ ਸਾਰਾ ਇਹਨਾਂ ਨੇ ਇੱਕ ਫਾਰਮੈਟ ਵੀ ਦੱਸਿਆ ਹੋਇਆ ਆਪਨੂੰ ਬਹੁਤ ਸਿੰਪਲ ਕਰਕੇ ਤੇ ਜੇ ਤੁਸੀਂ ਫਸਟ ਟਾਈਮ ਅਪਲਾਈ ਕਰ ਰਹੇ ਹੋ ਤਾਂ ਆਪਣੇ ਆਪ ਨੂੰ ਆਪਣਾ ਫਾਰਮ ਤੇ ਸਭ ਤੋਂ ਪਹਿਲਾਂ ਤੁਸੀਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੁਸੀਂ ਆਪਣੇ ਆਪ ਨੂੰ ਰਜਿਸਟਰਡ ਕਰਨਾ ਹੈ ਰਜਿਸਟਰਡ ਕਰਨ ਤੋਂ ਬਾਅਦ ਫਿਰ ਤੁਸੀਂ ਆਪਣੀ ਜਿਹੜੀ ਸਾਰੀ ਡਿਟੇਲ ਆ ਉਹ ਅਪਡੇਟ ਕਰਨੀ ਆ ਸਟੈਪ ਬਾਈ ਸਟੈਪ ਕਰਦੇ ਚੱਲੋਗੇ ਆਪਣੀ ਬਿਲਡਿੰਗ ਦੀ ਡਿਟੇਲ ਜਾਂ ਜਿਵੇਂ ਵੀ ਤੁਸੀਂ ਪਲਾਟ ਜਾਂ ਘਰ ਦੀ ਡਿਟੇਲ ਦੇਣਾ ਚਾਹੁੰਦੇ ਹੋ ਉਸ ਨੂੰ ਉਸ ਤੋਂ ਬਾਅਦ ਤੁਸੀਂ ਸਾਰੇ ਡਾਕੂਮੈਂਟ ਅਪਡੇਟ ਕਰੋਗੇ ਫਿਰ ਸਭ ਤੋਂ ਲਾਸਟ 'ਚ ਜਾ ਕੇ ਤੁਸੀਂ ਨੈੱਟ ਬੈਂਕਿੰਗ ਦੇ ਰਹੀਂ ਜਾਂ ਕ੍ਰੈਡਿਟ ਕਾਰਡ ਦੇ ਰਹੀਂ ਤੁਸੀਂ ਆਪਣੀ ਜਿਹੜੀ ਫੀਸ ਟੋਟਲ ਬਣਦੀ ਹੈ ਉਹ ਫੀਸ ਅਪਡੇਟ ਕਰੋਗੇ ਸੋ ਇਸ ਤਰ੍ਹਾਂ ਦਾ ਇੱਕ ਫਾਰਮੈਟ ਹੋਏਗਾ ਜੋ ਆਪਾਂ ਅੱਗੇ ਚੱਲ ਕੇ ਤੁਹਾਨੂੰ ਇੱਕ ਆਪਾਂ ਫਾਰਮ ਆਲਰੇਡੀ ਫਿਲ ਕੀਤਾ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਕਿ ਤੁਸੀਂ ਉੱਥੇ ਕਿਵੇਂ ਫਿਲ ਕਰ ਸਕਦੇ ਹੋ ਜੇ ਤੁਸੀਂ ਇਸ ਤੋਂ ਬਾਅਦ ਜੇ ਬ ਤੁਹਾਨੂੰ ਦੱਸ ਰਹੇ ਹਾਂ ਤੁਸੀਂ ਆਪਾਂ ਟਰਾਈ ਕਰਦੇ ਆ ਤੁਹਾਨੂੰ ਜਿਹੜੀ ਸਾਰੀ ਇਨਫਰਮੇਸ਼ਨ ਜਿਹੜੀ ਪ੍ਰੋਪਰ ਕਲੀਅਰ ਦੱਸੀ ਜਾਏ ਜੇ ਫਿਰ ਵੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਪਰੇਸ਼ਾਨੀ ਆndi ਹੈ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ ਤੁਸੀਂ ਇਸ ਤੋਂ ਬਾਅਦ ਐਪਲੀਕੇਸ਼ਨ ਫਾਰਮ ਤੇ ਜਾਣਾ ਹੈ ਤੇ ਜੇ ਤੁਹਾਡੀ ਅਨੋਥਰ ਦੇਸ ਕਲੋਨੀਆਂ ਨੇ ਇਨ ਲਈ ਜਿਹ ਨਵੀਆਂ ਕਲੋਨੀਆਂ ਨੇ ਉੱਥੇ ਅਪਲਾਈ ਕਰਨਾ ਹੈ ਤੇ ਦੂਸਰੀਆਂ ਚ ਅਪਲਾਈ ਕਰਨਾ ਹੈ ਇਹ ਸਾਰੀਆਂ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਤਾਂ ਜਿਵੇਂ ਆਪਾਂ ਕਲਿੱਕ ਕਰਾਂਗੇ ਇਸ ਤਰ੍ਹਾਂ ਦਾ ਪੇਜ ਤੁਹਾਡੇ ਸਾਹਮਣੇ ਓਪਨ ਹੋਵੇਗਾ ਜਿਸ ਦੇ ਵਿੱਚ ਸਾਰੀ ਡਿਟੇਲ ਦੱਸੀ ਜਾਏਗੀ ਜੇ ਐਪਲੀਕੇਸ਼ਨ ਤੁਸੀਂ ਆਪਣੇ ਪਲਾਟ ਦੀ ਐਨਓਸੀ ਲੈਣਾ ਚਾਹੁੰਦੇ ਹੋ ਘਰ ਦੀ ਤਾਂ ਉਸ ਤੋਂ ਬਾਅਦ ਤੁਸੀਂ ਆਪਣਾ ਮੇਨ ਨਾਮ ਦੱਸੋਗੇ ਉਸ ਤੋਂ ਬਾਅਦ ਆਪਣੇ ਫਾਦਰ ਦਾ ਨੇਮ ਫਿਰ ਤੁਸੀਂ ਫੋਨ ਨੰਬਰ ਫਿਰ ਐਡਰੈਸ ਵਗੈਰਾ ਸਾਰਾ ਪਰਮਾਨੈਂਟ ਐਡਰੈਸ ਜਿਹੜੀ ਡਿਟੇਲ ਆ ਉਹ ਕਰੋਗੇ ਜੇ ਤੁਸੀਂ ਪਹਿਲਾਂ ਅਪਲਾਈ ਕਰ ਚੁੱਕੇ ਹੋ ਤਾਂ ਉਸ ਦਾ ਜਿਹੜਾ ਨੰਬਰ ਪਾਉਗੇ ਐਪਲੀਕੇਸ਼ਨ ਨੰਬਰ ਜੇ ਨਹੀਂ ਅਪਲਾਈ ਪਹਿਲਾਂ ਕੀਤਾ ਹੋਇਆ ਐਨਓਸੀ ਦੇ ਲਈ ਫਿਰ ਤੁਸੀਂ ਨੋ ਤੇ ਕਲਿੱਕ ਕਰ ਦੇਣਾ ਹੈ ਫਿਰ ਤੁਹਾਡੀ ਡਿਟੇਲ ਹੈ ਜਿਹੜੀ ਬਿਲਡਿੰਗ ਦੀ ਉਹ ਸਾਰੀ ਕਰਨੀ ਹੈ ਜਿਵੇਂ ਤੁਹਾਡੇ ਜ਼ਿਲ੍ਹੇ ਦਾ ਨਾਮ ਫਿਰ ਤਹਿਸੀਲ ਦਾ ਨਾਮ ਫਿਰ ਤੁਹਾਡੀ ਜਿਹੜੀ ਕਲੋਨੀ ਆ ਫਿਰ ਵਿਲੇਜ ਦਾ ਨਾਮ ਫਿਰ ਪਲਾਟ ਨੰਬਰ ਫਿਰ ਤੁਹਾਡੇ ਕਿੰਨੇ ਗੈਜ ਦਾ ਪਲਾਟ ਆ ਉਸ ਤੋਂ ਬਾਅਦ ਤੁਹਾਡਾ ਜਿਹੜਾ ਏਰੀਆ ਦਾ ਕਲੈਕਟਰ ਰੇਟ ਆ ਉਹ ਪਾਉਗੇ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸੀ ਪਾਲਿਸੀ ਦੇ ਵਿੱਚ ਜਾ ਕੇ ਤਾਂ ਦੀ ਪੂਰੀ ਜਿਹੜੀ ਫੀਸ ਉਹ ਬਣ ਕੇ ਆ ਜਾਏਗੀ ਸੋ ਇਸੇ ਤਰ੍ਹਾਂ ਫਿਰ ਆਪਾਂ ਅੱਗੇ ਚੱਲਾਂਗੇ ਫਿਰ ਤੁਸੀਂ ਜਿਹੜੀ ਆਪਣੀ ਸਾਰੀ ਰਜਿਸਟਰਡ ਸੇਲ ਡੀਡ ਆ ਉਸ ਦੇ ਡਾਕੂਮੈਂਟ ਨੇ ਜਿਹੜੇ ਮੈਂ ਸਾਰੇ ਮੈਨ ਉਹ ਅਪਡੇਟ ਕਰੋਗੇ ਸਟੈਪ ਬਾਈ ਸਟੈਪ ਯੂ ਇਸ ਦੇਖ ਰਹੇ ਹੋ ਇਹ ਆਪਾਂ ਤੁਹਾਨੂੰ ਇੱਕ ਫਾਰਮੈਟ ਹੋਰ ਦਿਖਾ ਰਹੇ ਹਾਂ ਜਿਹੜਾ ਅਸੀਂ ਇਸ ਦੇ ਉੱਪਰ ਇੱਕ ਆਪਾਂ ਆਲਰੇਡੀ ਭਰਿਆ ਵੀ ਹੋਇਆ ਹੈ ਤਾਂ ਉਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਤਾਂ ਜੋ ਤੁਹਾਨੂੰ ਪ੍ਰੋਪਰ ਆਈਡੀ ਆ ਹੋ ਸਕੇ ਕਿਸ ਤਰ੍ਹਾਂ ਦਾ ਪੇਜ ਓਪਨ ਹੁੰਦਾ ਹੈ ਕਿਸ ਤਰ੍ਹਾਂ ਫਾਈਲ ਆਪਾਂ ਅਪਡੇਟ ਕਰ ਸਕਦੇ ਆ ਇਹ ਆਪਾਂ ਤੁਹਾਨੂੰ ਦੂਸਰਾ ਫਾਰਮੈਟ ਦਿਖਾ ਰਹੇ ਹਾਂ ਸੋ ਇੱਥੇ ਜਿਵੇਂ ਤੁਸੀਂ ਸਾਰਾ ਦੇਖ ਰਹੇ ਹੋ ਸੋ ਆਪਣੇ ਸਾਰੇ ਡਾਕੂਮੈਂਟ ਮੇਨ ਅਪਡੇਟ ਕਰੋਗੇ ਫਿਰ ਆਪਣੀ ਰਜਿਸਟਰਡ ਸੇਲ ਡੀਡ ਅਪਡੇਟ ਕਰੋਗੇ ਚੂਜ਼ ਫਾਈਲ ਤੇ ਜਾ ਕੇ ਫਿਰ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਡਾਕੂਮੈਂਟ ਨੇ ਸਟੈਪ ਬਾਈ ਸਟੈਪ ਸਾਰੇ ਤੁਸੀਂ ਅਪਡੇਟ ਕਰਦੇ ਜਾਣਾ ਲੇਆਉਟ ਆਪਣੇ ਪਲਾਟ ਦਾ ਉਸ ਦਾ ਨਕਸ਼ਾ ਉਸ ਦਾ ਕਲੋਨੀ ਦਾ ਸਾਰੀ ਡਿਟੇਲ ਉਸ ਦੇ ਬਾਕੀ ਜਿੰਨੇ ਡਾਕੂਮੈਂਟ ਨੇ ਮੇਨ ਜਿੰਨੇ ਵੀ ਤੁਹਾਡੇ ਕੋਲ ਹੈਗੇ ਆ ਤੁਸੀਂ ਉਹਨਾਂ ਨੂੰ ਅਪਡੇਟ ਕਰਦੇ ਚੱਲਣਾ ਹੈ ਇਹ ਜ਼ਰੂਰ ਧਿਆਨ ਰੱਖਣਾ ਹੈ ਵੀ 1 MB ਤੋਂ ਜ਼ਿਆਦਾ ਜ਼ਰਾ ਡਾਟਾ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਫਾਈਲ ਅਪਡੇਟ ਕਰਨੀ ਹੋ ਉਹ PDF ਜਾਂ JPEG ਜਿਹੜੀ ਫਾਈਲ ਉਹੀ ਅਪਡੇਟ ਕਰਨੀ ਆ ਜੇ ਤੁਸੀਂ ਉਹ ਅਪਡੇਟ ਨਹੀਂ ਕਰੋਗੇ ਤੁਹਾਨੂੰ ਬਾਅਦ ਵਿੱਚ ਦਿੱਕਤ ਹੋ ਸਕਦੀ ਆ ਇਸੀ ਤਰ੍ਹਾਂ ਇਹਨਾਂ 3 4 ਜਿਹੜੀਆਂ ਆਪਸ਼ਨ ਹੈ ਇਹ ਤੇ ਕਲਿੱਕ ਕਰਕੇ ਇਹਨੂੰ ਸੇਵ ਐਜ ਡਰਾਫਟ ਵੀ ਕਰ ਸਕਦੇ ਹੋ ਜਾਂ ਸਿੱਧਾ ਤੁਸੀਂ ਸਬਮਿਟ ਕਰਨਾ ਚਾਹੁੰਦੇ ਹੋ ਤੇ ਸਿੱਧਾ ਵੀ ਸਬਮਿਟ ਕਰ ਸਕਦੇ ਹੋ ਸੋ ਹੁਣ ਆਪਾਂ ਇੱਕ ਤੁਹਾਨੂੰ ਜਿਹੜਾ ਆਪਾਂ ਫਾਰਮ ਆਲਰੇਡੀ ਫਿਲ ਕੀਤਾ ਹੋਇਆ ਹੈ ਉੱਥੇ ਲੈ ਕੇ ਚੱਲਾਂਗੇ ਤਾਂ ਜੋ ਤੁਹਾਨੂੰ ਪ੍ਰੂਆ ਆਈਡੀਆ ਹੋ ਸਕੇ ਸੋ ਆਪਾਂ ਟਰਾਈ ਕਰਦੇ ਹਾਂ ਵੀ ਤੁਹਾਨੂੰ ਜਿਹੜੀ ਸਹੀ ਇਨਫੋਰਮੇਸ਼ਨ ਆ ਪ੍ਰੋਪਰਟੀ ਦੀ ਉਹ ਸਹੀ ਤੁਹਾਨੂੰ ਤੁਹਾਡੇ ਤਾਂ ਹੀ ਪ੍ਰੋਵਾਈਡ ਕਰਵਾਈ ਜਾਏ ਤੁਸੀਂ ਆਪਣਾ ਜਦੋਂ ਕੋਈ ਫਾਰਮ ਆਪਣਾ ਫਿਲ ਕਰੋਗੇ ਇਸ ਤਰ੍ਹਾਂ ਤੁਹਾਡਾ ਇੱਕ ਪੇਜ ਬਣ ਕੇ ਆ ਜਾਵੇਗਾ ਆਪਾਂ ਆਲਰੇਡੀ ਇੱਕ ਆਪਣੇ ਨਾਮ ਦੇ ਉੱਪਰ ਐਨਓਸੀ ਅਪਲਾਈ ਕੀਤੀ ਸੀ ਕਿ ਉਸ ਦਾ ਆਪਾਂ ਤੁਹਾਨੂੰ ਦੱਸ ਰਹੇ ਹਾਂ ਇੱਥੇ ਤੁਸੀਂ ਐਡਿਟ ਤੇ ਜਾ ਕੇ ਜੇ ਤੁਸੀਂ ਫਾਰਮ ਫਿਲ ਕਰੋਗੇ ਤਾਂ ਐਡਿਟ ਵਗੈਰਾ ਕਰ ਸਕਦੇ ਸੋ ਇਸ ਤਰ੍ਹਾਂ ਦਾ ਪ੍ਰੋਪਰ ਜਿਹੜਾ ਐਪਲੀਕੇਸ਼ਨ ਫਾਰਮ ਆਏਗਾ ਜੇ ਤੁਸੀਂ ਮੰਨ ਲਓ ਸਪੋਜ਼ ਕਰੋ 플ੌਟ ਦੀ ਕਰ ਰਹੇ ਹੋ ਤੇ ਸਭ ਤੋਂ ਉੱਪਰ ਤੁਹਾਡਾ ਨਾਮ ਆ ਜਾਵੇਗਾ ਫਿਰ ਦਾ ਫਾਦਰ ਨੇਮ ਆ ਜਾਏਗਾ ਫਿਰ ਨੇਮ ਆਫ ਦਾ ਸੈਕੰਡ ਪਾਰਟੀ ਜੇ ਤੁਸੀਂ ਕਿਸੇ ਨੂੰ ਐਨਓਸੀ ਦੇਣੀ ਹੈ 플ੌਟ ਸੇਲ ਕਰਨਾ ਹੈ ਸੁਪੋਜ਼ ਕਰੋ ਤਾਂ ਉਸ ਦੀ ਸਾਰੀ ਡਿਟੇਲ ਆ ਜਾਏਗੀ ਫਿਰ ਐਪਲੀਕੈਂਟ ਦਾ ਮੋਬਾਈਲ ਨੰਬਰ ਫਿਰ ਈਮੇਲ ਐਡਰੈਸ ਫਿਰ ਤੁਹਾਡਾ ਪਰਮਾਨੈਂਟ ਐਡਰੈਸ ਆ ਜਾਏਗਾ ਫਿਰ ਜੇ ਤੁਸੀਂ ਪਹਿਲਾਂ ਅਪਲਾਈ ਕੀਤੀ ਹੋਈ ਹੈ ਐਨਓਸੀ ਤਾਂ ਤੁਸੀਂ ਫਿਰ ਉਸ ਦੇ ਉੱਪਰ ਉਸ ਦੀ ਐਪਲੀਕੇਸ਼ਨ ਨੰਬਰ ਪਾਉਣਾ ਉਸ ਦੀ ਸਾਰਾ ਜਿਹੜਾ ਫਾਰਮ ਹੈ ਉਹ ਅਪਡੇਟ ਕਰੋਗੇ ਆਦਰਵਾਇਜ਼ ਨੋ ਤੇ ਕਲਿੱਕ ਕਰਨਾ ਹੈ ਫਿਰ ਤੁਸੀਂ ਪਲਾਟ ਤੇ ਜਾਣਾ ਹੈ ਪਲਾਟ ਦੀ ਸਾਰੀ ਡਿਟੇਲ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਜ਼ਿਲ੍ਹੇ ਦਾ ਨਾਮ ਫਿਰ ਤਸਈਲ ਕਲੋਨੀ ਨੇਮ ਵਿਲੇਜ ਪਲਾਟ ਨੰਬਰ ਏਰੀਆ ਕਲੈਕਟਰ ਰੇਟ ਕਰਨਾ ਹੈ ਤੇ ਇੱਥੇ ਤੁਹਾਡੀ ਟੋਟਲ ਫੀਸ ਜਿਹੜੀ ਉਹ ਬਣ ਕੇ ਆ ਜਾਵੇਗੀ ਇਸੇ ਤਰ੍ਹਾਂ ਸਟੈਪ ਬਾਈ ਸਟੈਪ ਤੁਸੀਂ ਅੱਗੇ ਚੱਲੋਗੇ ਜਿਵੇਂ ਕਿਸੇ ਐਰੋ ਦੇ ਉੱਪਰ ਦੇਖ ਰਹੇ ਹਾਂ ਫਿਰ ਤੁਸੀਂ ਅਪਡੇਟ ਜਿਹੜੀ ਕਲੈਕਟਰ ਜਿਹੜੀ ਰੇਟ ਸਕਰੀਨ ਸ਼ਾਟ ਹੈ ਜਿਹੜਾ ਤੁਹਾਡਾ ਇਰੀਏ ਦਾ ਜਿੰਨਾ ਰੇਟ ਹੈ ਉਸ ਦੀ ਇੱਕ ਪਿਕਚਰ ਲੈ ਕੇ ਤੁਸੀਂ ਪਹਿਲਾਂ ਸੇਵ ਕਰ ਲੈਣੀ ਕੰਪਿਊਟਰ ਦੇ ਵਿੱਚ ਜਾਂ ਫੋਨ ਦੇ ਵਿੱਚ ਉਸ ਨੂੰ ਇੱਥੇ ਅਪਡੇਟ ਕਰਨਾ ਹੈ ਉਸ ਤੋਂ ਬਾਅਦ ਰੇਟ ਵਗੈਰਾ ਫਿਰ ਤੁਸੀਂ ਇੱਥੇ ਆਪਣੀ ਜਿਹੜਾ ਪੂਰੀ ਫੀਸ ਹੈ ਜਿਹੜੀ ਤੁਸੀਂ ਭਰਨੀ ਹੈ ਜਿਹੜੀ ਫੀਸ ਉੱਪਰ ਬਣ ਕੇ ਆ ਜਾਏਗੀ ਉਹ ਫੀਸ ਇੱਥੇ ਕਰਨੀ ਹੈ ਜੇ ਤੁਸੀਂ ਇਨਸਟਾਲਮੈਂਟ ਦੇਣਾ ਚਾਹੁੰਦੇ ਹੋ ਇਨਸਟਾਲਮੈਂਟ ਇਕੱਠੀ ਪੇ ਕਰਨਾ ਚਾਹੁੰਦੇ ਹੋ ਤਾਂ ਇਕੱਠੀ ਪੇ ਕਰ ਸਕਦੇ ਹੋ ਫਿਰ ਤੁਹਾਡੇ ਪ੍ਰੂਫ ਤੁਸੀਂ ਕਿਹੜੇ ਪ੍ਰੂਫ ਲਾ ਰਹੇ ਹੋ ਮੇਨ ਤਾਂ ਮੈਨੂੰ ਤੁਸੀਂ ਰਜਿਸਟਰਡ ਸੇਲ ਡੀਡ ਹੀ ਲਾਣੀ ਆ। ਤੁਸੀਂ ਉੱਪਰ ਕਲਿੱਕ ਕਰ ਦੇਣਾ ਤੇ ਉਸ ਤੋਂ ਬਾਅਦ نیچے ਤੁਸੀਂ ਆਓਗੇ ਫਿਰ ਖਸਰਾ ਨੰਬਰ ਵਗੈਰਾ ਜਿਹੜਾ ਤੁਹਾਡਾ ਪ੍ਰਾਪਰਟੀ ਦਾ ਹੈ, ਦਸਤਾਇਕਾ ਨੰਬਰ ਵਗੈਰਾ ਜੋ ਵੀ ਇੱਥੇ ਤੁਸੀਂ ਉਹ ਆਪਣਾ ਮੈਂਸ਼ਨ ਕਰਨਾ ਤੁਹਾਡੇ ਕੋਲ ਜਿਹੜਾ ਹੈਗਾ। ਫਿਰ ਜਿਹੜੀ ਡੇਟ ਆ ਜਿਹੜੀ ਜਦੋਂ ਤੁਸੀਂ ਰਜਿਸਟਰੀ ਕਰਾਈ ਸੀਗੀ, ਉਹ ਡੇਟ ਪਾਣੀ ਆ। ਫਿਰ ਤੁਸੀਂ ਜਿਹੜੀ ਰਜਿਸਟਰੀ ਹੋਈ ਸੀ ਉਸ ਦੀ ਡੇਟ ਪਾਣੀ ਆ। ਬਾਕੀ ਜਿਹੜੀ ਡਿਟੇਲ ਆ ਜੋ ਵੀ ਤੁਹਾਡੇ ਕੋਲ ਹੈਗੀ ਜਿਹੜੀ ਜਿੱਤੇ ਉੱਪਰ ਰੈੱਡ ਨਿਸ਼ਾਨ ਨੇ ਡਾਟ ਬਣੇ ਹੋਏ ਨੂੰ ਸਾਰੇ ਕੰਪਲਸਰੀ ਨੇ ਉਹ ਜ਼ਰੂਰ ਤੁਸੀਂ ਫਿਲ ਕਰਨੇ ਆ ਤੇ ਮੈਂ ਜੇ ਤੁਹਾਨੂੰ ਦੱਸ ਰਹੀ ਪੀਡੀਐਫ ਜੇਪੀਜੀ ਜਿਹੜੀ ਫਾਈਲ ਨੇ ਉਹ ਹੀ ਅਪਡੇਟ ਕਰਨੀ ਹੈ ਤੇ ਫਾਈਲਾਂ 1 ਐਮਬੀ ਤੋਂ ਜ਼ਿਆਦੀਆਂ ਨਹੀਂ ਹੋਣੀਆਂ ਚਾਹੀਦੀਆਂ ਨਹੀਂ ਤਾਂ ਤੁਹਾਨੂੰ ਦਿੱਕਤ ਆ ਸਕਦੀ ਹੈ ਸੋ ਇਹ ਸਾਰੇ ਹੁਣ ਅੱਗੇ ਤੁਹਾਡੇ ਡਾਕੂਮੈਂਟ ਆ ਜਾਣਗੇ ਤੁਹਾਡੀ ਪ੍ਰਾਪਰਟੀ ਦੇ ਪਲਾਟ ਦੇ ਸਬੰਧ ਦੇ ਵਿੱਚ ਜੋ ਰਜਿਸਟਰਡ ਸੇਲ ਡੀਡ ਆ ਜਾਏਗੀ ਫਿਰ ਸੇਲ ਐਗਰੀਮੈਂਟ ਸਟੈਂਪ ਪੇਪਰ ਆ ਜਾਏਗਾ ਪਾਵਰ ਆਫ ਟਾਰਨੀ ਦੀ ਤੁਹਾਨੂੰ ਲੋੜ ਨਹੀਂ ਹੈ ਫਿਰ ਜਵਾਬ ਮੰਦੀ ਆ ਜਾਏਗੀ ਫਿਰ ਤੁਹਾਡੀ ਲੋਕੇਸ਼ਨ ਪਲਾਟ ਦੀ ਉਸ ਦੀ ਤੁਸੀਂ ਡਿਟੇਲ ਅਪਡੇਟ ਕਰਨੀ ਹੈ ਫਾਈਲ ਇਹ ਸਾਰੀਆਂ ਜਿਹੜੀਆਂ ਫਾਈਲਾਂ ਨੇ ਪਹਿਲਾਂ ਤੁਸੀਂ ਬਣਾ ਕੇ ਆਪਣੇ ਫੋਨ ਜਾਂ ਕੰਪਿਊਟਰ ਦੇ ਵਿੱਚ ਰੱਖ ਲੈਣੀਆਂ ਨੇ ਤਾਂ ਜੋ ਤੁਹਾਨੂੰ ਬਾਅਦ ਵਿੱਚ ਦਿੱਕਤ ਨਾ ਆਏ ਅੰਡਰਟੇਕਿੰਗ ਵਗੈਰਾ ਤੇ ਪਰ ਇਸ ਤੋਂ ਬਾਅਦ ਤੁਹਾਡੀ ਜੀ ਬਿਲਡਿੰਗ ਦੀ ਜਿਹੜੀ ਡਿਟੇਲ ਆ ਉਹ ਸਾਰੀ ਜਿੰਨੀ ਡਿਟੇਲ ਆ ਉਹ ਅਪਡੇਟ ਕਰਨੀ ਹੈ ਇਸੇ ਤਰ੍ਹਾਂ ਫਿਰ ਇਸ ਨੂੰ ਤੁਸੀਂ ਕਲਿੱਕ ਕਰਕੇ ਸਬਮਿਟ ਕਰਕੇ ਫਿਰ ਜਾ ਕੇ ਫੀਸ ਦੀ অপਸ਼ਨ ਤੇ ਜਾ ਕੇ ਤੁਸੀਂ ਨੈਟ ਬੈਂਕਿੰਗ ਰਾਹੀਂ ਆਪਣੀ ਫੀਸ ਜਮ੍ਹਾਂ ਕਰਾ ਸਕਦੇ ਹੋ। ਸੋ ਜੇ ਐਫਰ ਤੁਹਾਨੂੰ ਵਧੀਆ ਲੱਗਦੇ ਆਪਣੇ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰ ਦਿਓ ਐਨ ਬੈਲ ਆਈਕਨ ਦੇ ਉੱਪਰ ਦਬਾਓ। ਚਾਹੇ ਪ੍ਰਾਪਰਟੀ ਦੇ ਸਬੰਧ ਦੇ ਵਿੱਚ ਤੁਹਾਡੀ ਵੀਡੀਓ ਨੇ ਤੁਹਾਨੂੰ ਅਪ ਟੂ ਡੇਟ ਮਿਲਦੀਆਂ ਰਹਿਣ। ਸੋ ਜੇ ਐਫਰ ਸਾਡੇ ਤੁਹਾਨੂੰ ਵਧੀਆ ਲੱਗਦੇ ਆ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰੋ ਐਨ ਬੈਲ ਆਈਕਨ ਦੇ ਉੱਪਰ ਦਬਾਓ। ਤਾਂ ਜਿਹੜੇ ਪ੍ਰੋਪਰਟੀ ਦੇ ਸਬੰਧ ਦੇ ਵਿੱਚ ਜਿਹੜੀਆਂ ਵੀਡੀਓ ਨੇ ਤੁਹਾਨੂੰ ਅਪ ਟੂ ਡੇਟ ਮਿਲਦੀਆਂ ਰਹਿਣ ਤੇ ਜੁਆਇਨ ਦੀ অপਸ਼ਨ ਤੇ ਜਾ ਕੇ ਤੁਸੀਂ ਆਪਣੀ ਸਪੋਰਟ ਕਰ ਸਕਦੇ ਹੋ ਸੋ ਇਸ অপਸ਼ਨ ਤੇ ਜਾ ਕੇ ਤੁਸੀਂ ਆਪਣੀ ਫੀਸ ਉਹ ਨੈਟ ਬੈਂਕਿੰਗ ਦੇ ਰਹੀਂ ਜਾਂ ਕ੍ਰੈਡਿਟ ਕਾਰਡ ਦੇ ਰਹੀਂ ਤੁਸੀਂ ਪੇ ਕਰ ਸਕਦੇ ਹੋ ਤੇ ਵਿਦਨ 21 ਦਿਨਾਂ ਦੇ ਵਿੱਚ ਤੁਹਾਨੂੰ ਜਿਹੜੀ ਐਨਓਸੀ ਬਣ ਕੇ ਤੁਹਾਡੇ ਕੋਲ ਆ ਜਾਵੇਗੀ ਸੋ ਸਭ ਦਾ ਧੰਨਵਾਦ ਵੈਲਕਮ ਟੂ ਆਰ